केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। मेरे तो गलती हो सकती है, मेरी गलती है, ठीक है ना। चलो मैं कहना भी, मैं बहुत, मेरे तो अनजाने जो भी हुआ, पर मैं कोई, मेरा कुछ ऐसा ना मोटिव नहीं सी भी मैं किसी को हर्ट करां जां कुछ भी। पंजाबी गायक सिद्धू मूसेवाले दा नवां गीत जट्टी जीवणे मोड़ वर्गी ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆ ਗਿਆ। ਆਪਣੇ ਇਸ ਗੀਤ ਲਈ ਸਿੱਧੂ ਮੂਸੇਵਾਲੇ ਨੇ ਭਾਵੇਂ ਸਿੱਖ ਸੰਗਤ ਕੋਲੋਂ ਮਾਫ਼ੀ ਵੀ ਮੰਗ ਲਈ ਹੈ, ਪਰ ਸਿੱਖ ਸੰਗਤ ਨੇ ਸਿੱਧੂ ਮੂਸੇਵਾਲੇ ਦੀ ਇਸ ਮਾਫ਼ੀ ਨੂੰ ਪ੍ਰਵਾਨ ਨਹੀਂ ਕੀਤਾ। ਸਮੂਹ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਘਿਰਾਓ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਸਮੂਹ ਸਿੱਖ ਸੰਗਤਾਂ ਦੀ ਮੰਗ ਹੈ ਕਿ ਸਿੱਧੂ ਮੂਸੇਵਾਲੇ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ, ਇਸ ਲਈ ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਹੈ। ਬੀਤੇ ਦਿਨੀ ਸਿੱਖ ਸੰਗਤਾਂ ਦਾ ਇੱਕ ਜਥਾ ਸਿੱਧੂ ਮੂਸੇਵਾਲੇ ਦੇ ਪਿੰਡ ਉਹਨਾਂ ਦੇ ਘਰ ਦਾ ਘਿਰਾਓ ਕਰਨ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਪੁਲਿਸ ਨੇ ਇਸ ਜਥੇ ਨੂੰ ਰੋਕ ਲਿਆ। ਇਸ ਜਥੇ ਦੇ ਵਿੱਚ ਸ਼ਾਮਲ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਬੇਨਤੀ ਹੈ ਜੀ, ਜੋ ਤੁਸੀਂ ਸਾਰਿਆਂ ਨੇ ਵੇਖਿਆ ਅਤੇ ਸੁਣਿਆ, ਜੋ ਪੰਜਾਬੀ ਲੋਕ ਗਾਇਕ ਆਪਦੇ ਆਪ ਨੂੰ ਕਹਾਉਂਦਾ ਸਿੱਧੂ ਮੂਸੇਵਾਲਾ, ਉਹਦੇ ਵੱਲੋਂ ਜੋ ਗਾਣਾ ਰਿਲੀਜ਼ ਹੋਇਆ ਉਸ ਗਾਣੇ ਦੇ ਵਿੱਚ ਮਾਤਾ ਭਾਗ ਕੌਰ ਅਤੇ ਖੰਡੇ ਦੀ ਤੁਹੀਨ ਕੀਤੀ ਗਈ ਹੈ, ਸਿੱਖ ਭਾਵਨਾਵਾਂ ਨੂੰ ਕਹਿ ਦਈਏ ਲਲਕਾਰਿਆ ਗਿਆ, ਠੇਸ ਪਹੁੰਚਾਈ ਗਈ। ਉਹਦੇ ਵਿਰੁੱਧ ਅੱਜ ਸਵੇਰੇ 11 ਵਜੇ ਅਸੀਂ ਮੂਸਾ ਪਿੰਡ ਨੂੰ ਲੱਗਦੇ ਥਾਣੇ ਦੇ ਵਿੱਚ ਸਾਡੇ ਵੱਲੋਂ ਭਾਈ ਸੁਖਚੈਨ ਸਿੰਘ, ਹਰਜਿੰਦਰ ਸਿੰਘ ਵੱਲੋਂ ਦੋਨਾਂ ਵੱਲੋਂ ਇੱਕ FIR ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ, ਦਰਖਾਸਤ ਦਿੱਤੀ। ਹਜੇ ਤੱਕ FIR ਨਹੀਂ ਕੱਟੀ ਗਈ, ਇਸ ਕਰਕੇ ਆਹ ਸ਼ਾਮ 4 ਵਜੇ ਦਾ ਸਮਾਂ ਅਸੀਂ ਰੱਖਿਆ ਸੀ ਵੀ ਸ਼ਾਮ 4 ਵਜੇ ਤੱਕ ਨਹੀਂ FIR ਕੱਟੀ ਜਾਂਦੀ, ਉਹਦੇ ਵਿਰੁੱਧ ਮੁਕੱਦਮਾ ਨਹੀਂ ਦਰਜ ਹੁੰਦਾ, ਤਾਂ ਅਸੀਂ ਇੱਥੇ ਇਕੱਠੇ ਹੋ ਕੇ ਇਹ ਜਿਹੜਾ ਪੂਰਾ ਪ੍ਰੋਗਰਾਮ ਹੈ ਇੱਥੋਂ ਰੱਖਾਂਗੇ। ਇੱਥੇ ਪਿੰਡ ਵਿੱਚ ਆਏ ਹਾਂ, ਉਹਨਾਂ ਦੇ ਘਰ ਸਾਨੂੰ ਨਹੀਂ ਵੜਨ ਦਿੱਤਾ ਗਿਆ, ਪੂਰਾ ਇੱਥੇ ਪ੍ਰਸ਼ਾਸਨ ਹੈ ਉਹਨਾਂ ਦੀ, ਕਹਿ ਦਈਏ ਹਮਾਇਤ ਵਾਸਤੇ ਵੀ ਜਾਂ ਉਹਨਾਂ ਦੀ ਸੁਰੱਖਿਆ ਵਾਸਤੇ ਸਾਨੂੰ ਉਹਨਾਂ ਦੇ ਘਰ ਨਹੀਂ, ਉਹਨਾਂ ਦੇ ਕਿਸੇ ਵੀ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਗਈ। ਅਸੀਂ ਚਾਹੁੰਦੇ ਸੀ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਕਹੀਏ ਤੁਹਾਡਾ ਬੇਟਾ ਠੀਕ ਹੈ, ਸਿੰਗਰ ਹੈ, ਗਾਣੇ ਗਾਵੇ, ਜੀ ਸਰ ਕੇ ਗਾਵੇ, ਪਰ ਕਿਰਪਾ ਕਰਕੇ ਕੌਮ ਦੇ ਮਸਲਿਆਂ ਵਿੱਚ ਨਾ ਆਵੇ। ਕੌਮ ਦੇ ਲੇਜੈਂਡ ਨੇ ਜਿਹੜੇ ਸ਼ਹੀਦ ਨੇ, ਮਹਾਨ ਕੁਰਬਾਨੀਆਂ ਕਰਨ ਵਾਲੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਉਹਨਾਂ 'ਤੇ ਕੋਈ ਵੀ ਉਹਨਾਂ ਦਾ ਨਾਮ ਦੀ ਦੁਰਵਰਤੋਂ ਨਾ ਕੀਤੀ ਜਾਵੇ, ਇਹ ਬੇਨਤੀ ਕਰਨ ਆਏ ਸੀ। ਅਤੇ ਹੁਣ ਇਸ ਤੋਂ ਅੱਗੇ ਡਿਪਟੀ ਸਾਹਿਬ ਇੱਥੇ ਸਾਨੂੰ ਮਿਲੇ ਆ, ਉਹਨਾਂ ਨੇ ਕਿਹਾ ਵੀ ਜਿਹੜਾ ਥਾਣੇ ਵਿੱਚ ਜਾ ਕੇ ਸਾਰੀ ਜਾਣਕਾਰੀ ਸਾਨੂੰ ਦਿਓ ਅਤੇ ਉਹਦੇ ਉੱਤੇ ਬਣਦੀ ਕਾਰਵਾਈ। ਇਹ ਅਸੀਂ ਨਹੀਂ, ਇਹ ਗੱਲ ਤੋਂ ਮੁਨਕਰ ਨਹੀਂ ਵੀ ਇਹ ਸਤਿਕਾਰ ਨਹੀਂ ਕਰਦੇ ਜਾਂ ਸਿੱਖ ਨਹੀਂ ਹੈਗੇ, ਪਰ ਇਸ ਗੱਲ ਤੋਂ ਅਸੀਂ ਸਾਨੂੰ ਦੁੱਖ ਹੋਇਆ ਹੈ ਵੀ ਵੱਡਾ ਦੁੱਖ ਇਹ ਹੈ ਜਿਹੜਾ ਇਹਨਾਂ ਨੇ ਮਾਤਾ ਭਾਗ ਕੌਰ ਦਾ ਨਿਰਾਦਰ ਕੀਤਾ, ਇੱਕ ਲੱਚਰਤਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹ ਸੰਗਤ ਮਾਫ਼ੀ ਦਊ, ਗੱਲਾਂ ਇਹ ਨਹੀਂ ਵੀ ਫੇਸਬੁੱਕ ਮਾਫ਼ੀ ਨਹੀਂ ਦੇਣ ਲੱਗੀ, ਉਹ ਅਕਾਲ ਤਖ਼ਤ ਸਾਹਿਬ ਨੇ ਅਤੇ ਸੰਗਤ ਨੇ ਮਾਫ਼ੀ ਦੇਣੀ ਹੈ, ਸੰਗਤ ਦੇ ਕਟਹਿਰੇ ਵਿੱਚ ਆਉਣ ਅਤੇ ਬਣਦੀ ਕਾਰਵਾਈ ਹੋਣੀ ਹੋਣੀ ਹੈ, ਅਤੇ ਸੰਗਤ ਦੇ ਕਟਹਿਰੇ ਵਿੱਚ ਆਏ ਜਿਹੜੀ ਸੰਗਤ ਸੇਵਾ ਲਾਊ, ਮਾਫ਼ੀ ਮੰਗਣ ਸੰਗਤ ਤੋਂ ਆ ਕੇ ਅਕਾਲ ਤਖ਼ਤ ਸਾਹਿਬ 'ਤੇ ਮਾਫ਼ੀ ਮੰਗਣ, ਫਿਰ ਗੱਲ ਬਣੂਗੀ। ਫੇਸਬੁੱਕਾਂ 'ਤੇ ਕਦੇ ਐਡੀਆਂ ਕਹਿ ਦਈਏ ਧਰਮਾਂ ਦੇ ਉੱਤੇ ਟਿੱਪਣੀ ਕਿ ਅਸੀਂ ਵੀ ਸਿੱਖ ਧਰਮ ਨੂੰ ਨਾਲ ਦੀ ਨਾਲ ਹੀ ਸੰਬੰਧਿਤ ਹਾਂ, ਸਿੱਖ ਧਰਮ ਨੂੰ ਮੰਨਦੇ ਹਾਂ, ਅਤੇ ਵੀ ਮਤਲਬ ਅਸੀਂ ਸੁਬਹਾ ਸ਼ਾਮ ਪੂਜਾ ਪਾਠ ਵੀ ਕਰਦੇ ਹਾਂਗੇ, ਸ਼ੁਭ ਦੀ ਪਾਪ ਵੀ ਕਰਦਾ ਅਸੀਂ ਵੀ ਕਰਦੇ ਹਾਂ। ਅਤੇ ਚਲੋ ਵੀ ਉਹ ਬੇਟੇ ਨੇ ਗਾਣੇ ਦਾ ਸਾਨੂੰ ਜਦੋਂ ਪਤਾ ਲੱਗਿਆ, ਬੇਟੇ ਨੇ ਨਾਲ ਦੀ ਨਾਲ ਲਾਈਵ ਹੋ ਕੇ ਮਾਫ਼ੀ ਵੀ ਮੰਗ ਲਈ, ਵੀ ਉਹਨੇ ਇਹ ਵੀ ਕਿਹਾ ਗਾ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਕੋਈ ਗਲਤ ਲੱਗਦਾ ਕੋਈ, ਹੈ ਨਾ, ਵੀ ਉਹ ਅਸੀਂ ਪੈਰੇ ਕੱਟ ਦੇਵਾਂਗੇ। ਬਾਕੀ ਸਰ ਇਹ ਹਜੇ ਇਹ ਅਨਰਿਲੀਜ਼ਡ ਗਾਣਾ, ਇਹ ਤਾਂ ਹਜੇ ਰਿਲੀਜ਼ ਹੋਣਾ ਸੀਗਾ, ਅਤੇ ਵੀ ਇਹ ਲੀਕ ਹੋਇਆ ਹੋਇਆ ਗਾਣਾ, ਅਤੇ ਜਦੋਂ ਬੱਚੇ ਨੇ ਮਾਫ਼ੀ ਮੰਗ ਲਈ ਅਸੀਂ ਵੀ ਉਹਨਾਂ ਦੀ ਮਾਫ਼ੀ ਮੰਗਦੇ ਹਾਂ, ਅੱਗੇ ਤੋਂ ਕੋਈ ਅਜਿਹਾ ਕੰਮ ਨਹੀਂ ਹੋਊਗਾ। ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ? ਬਸ ਸੰਗਤ ਨੂੰ ਇਹ ਵੀ ਕਹਾਂਗੇ ਇਹਨੂੰ ਵਿਵਾਦ ਨਾ ਬਣਾਓ, ਅਤੇ ਵੀ ਅਸੀਂ ਰਿਸਪੈਕਟ ਕਰਦੇ ਹਾਂ ਚਲੋ ਸਾਰਿਆਂ ਦੀ, ਸਿੱਖ ਧਰਮ ਦੀ ਕਰਦੇ ਹਾਂ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਅਤੇ ਲੇਕਿਨ ਚਲੋ ਜੇ ਬੱਚੇ ਤੋਂ ਗਲਤੀ ਹੋ ਗਈ ਪਹਿਲਾਂ ਤੋਂ ਉਹਨੇ ਆਪ ਮਾਫ਼ੀ ਮੰਗ ਲਈ, ਅਤੇ ਅਸੀਂ ਵੀ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ ਜੇ ਕੋਈ ਗਲਤੀ ਹੋਊਗੀ, ਅੱਗੇ ਤੋਂ ਗਲਤੀ ਨਹੀਂ ਹੋਊਗੀ।
ਅੱਜ ਜੀ ਹਰਜਿੰਦਰ ਸਿੰਘ ਅਤੇ ਸੁਖਚੈਨ ਸਿੰਘ ਵੱਲੋਂ ਸਾਡੇ ਕੋਲ ਕੰਪਲੇਂਟ ਆਈ ਹੈ ਵੀ ਸਿੱਧੂ ਮੂਸੇਵਾਲਾ ਕਲਾਕਾਰ ਨੇ ਸਿੱਖ ਧਰਮ ਨਾਵਾਂ ਨੂੰ ਭੜਕਾਉਣ ਦੇ ਲਈ ਇੱਕ ਕੋਈ ਗੁਰੂ ਸਾਹਿਬਾਨਾਂ ਦੇ ਨਾਂ ਪਾ ਕੇ ਉਹਨਾਂ ਦੀ ਬੇਅਦਬੀ ਕੀਤੀ ਹੈਗੀ। ਉਹਨੇ ਕੰਪਲੇਂਟ ਸਾਡੇ ਕੋਲ ਆ ਗਈ, ਸੀ ਡੀ ਮੰਗਵਾਈ ਹੈਗੀ ਅਸੀਂ ਉਹਨਾਂ ਤੋਂ, ਅਤੇ ਜਿਸ ਤਰ੍ਹਾਂ ਦੀ ਕੋਈ ਕਾਰਵਾਈ ਅਗਲੀ ਹੋਊਗੀ ਅਸੀਂ ਮੀਨਿੰਗ ਕੁਛ ਹੋਰ ਸੀ ਗੱਲ ਕਹਿਣ ਦਾ, ਪਰ ਉਹ ਹੁਣ ਗਲਤ ਤਰੀਕੇ ਨਾਲ ਗੱਲ ਜੁੜ ਗਈ ਵੀ ਇੱਦਾਂ ਇੱਦਾਂ ਕਰਕੇ ਅਪਮਾਨ ਕੀਤਾ। ਜੇ ਮੈਂ ਅਪਮਾਨ ਕੀਤਾ ਜੀ ਤਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਆ ਕੇ ਆਪਾਂ ਕਹਿੰਦੇ ਵੀ ਮੈਂ ਮਾਫ਼ੀ ਕਹਿੰਦਾ, ਮਾਫ਼ੀ ਮੰਗਦਾ ਸਾਰਿਆਂ ਤੋਂ, ਪਰ ਮੇਰਾ ਕੋਈ ਇੱਦਾਂ ਦਾ ਮੋਟਿਵ ਨਹੀਂ ਸੀਗਾ ਵੀ ਮੈਂ ਕੁਛ ਕਿਸੇ ਨੂੰ ਕਿਸੇ ਹੈ ਨਾ ਵੀ ਮਾਈ ਭਾਗੂ ਜੀ ਦਾ ਕੁਛ ਮੈਂ ਡਿਸਰਿਸਪੈਕਟ ਕਰਨੀ ਹੈ ਜਾਂ ਕੁਛ ਹੋਰ ਹੈ ਨਾ, ਪਰ ਮੇਰਾ ਕੁਛ ਤਰੀਕਾ ਮੈਂ ਕੁਛ ਹੋਰ ਕਹਿਣਾ ਚਾਹੁੰਦਾ ਸੀ, ਪਰ ਉਹ ਗਲਤ ਤਰੀਕੇ ਨਾਲ ਕਿਸੇ ਨਾਲ ਹੋਰ ਕਿਸੇ ਨੇ ਪਾਤੀ ਕਿਵੇਂ ਪਾਈ ਹੈ ਕਿਵੇਂ ਨਹੀਂ ਪਾਈ ਹੈ ਨਾ। ਮੈਂ ਹਜੇ ਹੁਣ ਸਵੇਰੇ ਹੀ ਉੱਠਿਆ ਸੀ ਅਤੇ ਮੈਂ ਜਦੋਂ ਦੇਖਿਆ ਫੋਨ 'ਤੇ ਵੀ ਇੱਦਾਂ ਕਰਕੇ, ਮੈਂ ਮੰਨਦਾ ਜੀ ਮੇਰੇ ਜੇ ਤੁਹਾਨੂੰ ਕਿਤੇ ਕਿਸੇ ਚੀਜ਼ ਤੋਂ ਇਤਰਾਜ਼ ਵੀ ਹੈ ਵੀ ਜੇ ਮੈਂ ਕੁਛ ਗਲਤ ਕੀਤਾ ਤਾਂ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ, ਮੈਂ ਰਿਪਲੇਸ ਪਹਿਰਾ ਹੀ ਕੱਢ ਦੂੰਗਾ ਗਾਣੇ ਦੇ ਵਿੱਚੋਂ, ਪਰ ਮੈਨੂੰ 1% ਵੀ ਜਾਂ ਕੁਛ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਵੀ ਜਾਂ ਮੈਂ ਕਿਸੇ ਨਾਲ ਕੁਛ ਇੱਦਾਂ ਦੀ ਕੋਈ ਗੱਲ ਨਾਲ ਮੇਰੇ ਨਾਲ ਕੋਈ ਹਰਟ ਹੋ ਜਾਏ ਤਾਂ ਕੁਛ ਨੈਗੇਟਿਵ ਮੀਨਿੰਗ ਨਿਕਲੂਗਾ ਮੇਰੇ ਨਾਲ, ਯਾਨੀ ਕਿ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਬਾਈ, ਕੋਈ ਚੱਕਰ ਵਾਲੀ ਗੱਲ ਨਹੀਂ। ਜੇ ਤੁਹਾਨੂੰ ਕਿਸੇ ਚੀਜ਼ ਦਾ ਬੁਰਾ ਵੀ ਲੱਗਿਆ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ, ਮੈਂ ਉਹਨੂੰ ਰਿਮੂਵ ਕਰ ਦੂੰਗਾ। ਦੂਜੀ ਗੱਲ ਜੀ, ਆਪਾਂ ਬਹੁਤ ਸਿੱਧੇ ਸਾਧੇ ਲੋਕ ਹਾਂ ਨਾ, ਐਡੇ ਅਸੀਂ ਵੀ ਮੈਂ ਤਾਂ ਇੰਨਾ ਕਾਬਜ਼ ਆਪਾਂ ਨੂੰ ਛੋਟਾ ਸਮਝਦਾ ਵੀ ਮੈਂ ਕਦੇ ਧਾਰਮਿਕ ਮੁੱਦਿਆਂ ਦੇ ਵਿੱਚ ਕਦੇ ਈਵਨ ਵੀ ਯਾਨੀ ਕਿ ਆਪਾਂ ਕਿਸੇ ਨੂੰ ਬੋਲਣਾ ਤਾਂ ਦੂਰ ਦੀ ਗੱਲ ਵੀ ਮੈਂ ਕਦੇ ਉਸ ਚੀਜ਼ ਦੇ ਨੇੜੇ ਦੀ ਵੀ ਨਹੀਂ ਲੰਘਦਾ ਜੇ ਕੋਈ ਇੱਦਾਂ ਦਾ ਇਸ਼ੂ ਹੁੰਦਾ ਨਾ, ਵੀ ਆਪਾਂ ਪਹਿਲਾਂ ਹੀ ਕਹਿ ਦਿੰਦੇ ਕਿਉਂਕਿ ਆਪਣੀ ਉਸ ਹਿਸਾਬ ਨਾਲ ਮਤਲਬ ਬਹੁਤ ਛੋਟੀ ਹੈ ਵੀ ਆਪਾਂ ਕਿਸੇ ਨਾਲ ਬਹਿ ਸਕੀਏ ਇਹਨਾਂ ਮੁੱਦਿਆਂ 'ਤੇ ਵੀ ਇੱਦਾਂ ਨਹੀਂ ਜੀ ਇੱਦਾਂ ਹੈ ਨਾ, ਇੱਦਾਂ ਨਹੀਂ ਇੱਦਾਂ, ਤਾਂ ਕਰਕੇ ਆਪਾਂ ਕਦੇ ਇਸ ਚੀਜ਼ਾਂ ਦੇ ਵਿੱਚ ਪੈਂਦੇ ਹੀ ਨਹੀਂ ਹੈਗੇ ਕਿਉਂਕਿ ਬਹੁਤ ਛੋਟੀ ਜਿਹੀ ਫੈਮਿਲੀ ਹੈ ਅਤੇ ਬਹੁਤ ਛੋਟੇ ਜਿਹੇ ਪਿੰਡ ਦੇ ਵਿੱਚੋਂ ਨਿਕਲ ਕੇ ਆਏ ਹਾਂ ਅਸੀਂ ਹੈ ਨਾ, ਅਤੇ ਨਾ ਹੀ ਆਪਣਾ ਕਦੇ ਉੱਧਰ, ਸਾਡਾ ਮਕਸਦ ਸਿਰਫ ਆਪਣੇ ਹੈ ਨਾ ਦੋ ਆਪਣੇ ਮਾਪਿਆਂ ਤੱਕ, ਆਪਣੀ ਰੋਟੀ ਤੱਕ ਠੀਕ ਹੈ, ਆਪਣੇ ਵਾਹਿਗੁਰੂ ਤੱਕ ਹੁੰਦਾ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਵੀ ਕੌਣ ਕਿਹਦੇ ਨਾਲ ਕੀ ਕਹਿੰਦਾ ਜਾਣਾ, ਪਰ ਆਪਾਂ ਨਾ ਹੀ ਕਦੇ ਇਹਨਾਂ ਮੁੱਦਿਆਂ ਦੇ ਵਿੱਚ ਆਏ ਹਾਂ ਅਤੇ ਨਾ ਹੀ ਆਪਾਂ ਨੇ ਕਦੇ ਦਿਮਾਗ ਦੇ ਵਿੱਚ ਕਦੇ ਵੀ ਇਹੋ ਜਿਹੀ ਗੱਲ ਹੁੰਦੀ ਹੈ ਵੀ ਜਾਂ ਆਪਾਂ ਕਦੇ ਕਿਸੇ ਨੂੰ ਡਿਸਰਿਸਪੈਕਟ ਕਰੀਏ, ਖਾਸ ਕਰਕੇ ਰਿਲੀਜੀਅਸ ਮੁੱਦਿਆਂ ਦੇ ਵਿੱਚ ਵਿੱਚ ਹੈ ਨਾ। ਦੂਜੀ ਗੱਲ ਵੀਰੇ, ਵੀ ਮੈਂ ਮੰਨ ਲਿਆ ਸਾਰੀ ਗਲਤੀ ਹੈ, ਮੈਂ ਤੁਹਾਨੂੰ ਬਸ ਜਸਟ ਕੋਈ ਇਹ ਨਹੀਂ ਕਹਿਣਾ ਚਾਹੁੰਦਾ ਵੀ ਜੋ ਮੈਂ ਸਹੀ ਹਾਂ ਤੁਸੀਂ ਗਲਤ ਹੋ, ਤੁਸੀਂ ਬਸ ਸਿਰਫ ਮੈਂ ਤੁਹਾਨੂੰ ਇੰਨਾ ਕੁ ਮੁੱਦਾ ਜ਼ਰੂਰ ਸਮਝਾਉਣਾ ਚਾਹੁੰਦਾ ਵੀ ਮੇਰਾ ਉਹ ਲਾਈਨਾਂ ਲਿਖਣ ਦਾ ਮਤਲਬ ਕੀ ਸੀ ਹੈ ਨਾ। ਉਹ ਜਿਹੜਾ ਗਾਣਾ ਹੈਗਾ ਅੜਵ ਮੁਟਿਆਰਾਂ, ਉਹ ਇੱਕ ਯਾਨੀ ਕਿ ਕੁੜੀ ਦੀ ਕਰੈਕਟਰ ਨੂੰ ਰੀਪ੍ਰਜੈਂਟ ਕਰਦਾ ਹੈ ਨਾ, ਉਹਦੇ 'ਚ ਸਿਰਫ ਉਹ ਪੈਰਾ ਇਹ ਕਹਿ ਰਿਹਾ ਵੀ ਆਸ਼ਕੀ ਨਹੀਂ ਕੀਤੀ ਰਾਹ ਜਾਂਦੇ ਨਾ, ਉਹ ਕਹਿੰਦੇ ਵੀ ਮੈਂ ਉਸ ਗਲਤ ਕੰਮ ਨਹੀਂ ਕੀਤੇ, ਮੈਂ ਸ਼ੁਰੂ ਤੋਂ ਹੀ ਸੰਸਕਾਰੀ ਪਰਿਵਾਰ ਦੇ ਵਿੱਚੋਂ ਆਈ ਹਾਂ ਠੀਕ ਹੈ ਨਾ, ਖੰਡਿਆਂ ਨਾਲ ਖੇਡੀ ਨਹੀਂ ਪੜਾਉਂਦਾ, ਮੈਂ ਆਮ ਕੁੜੀਆਂ ਵਾਂਗੂ ਪੜਾਉਂਦਿਆਂ ਜਾਂ ਡੋਰੀਆਂ ਪੜਾਉਂਦਾ, ਮੈਂ ਹਮੇਸ਼ਾ ਤਲਵਾਰ ਨਾਲ ਖੇਡਦੀ ਆਈ ਹਾਂ ਛੋਟੀ ਹੁੰਦੀਆਂ ਨੇ। ਅਤੇ ਈਵਨ ਉਹ ਕਹਿ ਰਹੀ ਹੈ ਵੀ ਮੇਰੇ ਬੇਸ਼ੱਕ ਮੰਨਦੇ ਆ ਵੀ ਅੱਜ ਮਾਡਰਨ ਦਿੱਖ ਦੇ ਨਾਲ ਅਕੋਰਡਿੰਗ ਮੈਂ ਤੈਨੂੰ ਇਹ ਲੱਗਦੀ ਹੋਊਂਗੀ ਵੀ ਮੈਂ ਮਾਡਰਨ ਆ ਜਾਂ ਕੁਛ ਹੋਰ ਆ, ਪਰ ਮੇਰੇ ਸੰਸਕਾਰ ਹੈ ਜੋ ਸੋਚ ਹੈ ਅਤੇ ਲੋੜ ਪੈਣ 'ਤੇ ਮੈਂ ਮਾਈ ਭਾਗੋ ਜੀ ਵਾਂਗੂ ਤਲਵਾਰ ਵੀ ਚੱਕ ਸਕਦੀ ਹਾਂ। ਮੇਰਾ ਕਹਿਣ ਦਾ ਸਿਰਫ ਇੰਨਾ ਮੀਨਿੰਗ ਸੀ, ਨਾ ਮੈਂ ਉਹਦੇ 'ਚ ਮਾਈ ਭਾਗੂ ਜੀ ਨੂੰ ਡਿਸਰਿਸਪੈਕਟ ਕੀਤਾ ਕਿਸੇ ਨੂੰ ਵੀ, ਮੇਰਾ ਤਾਂ ਯਾਰ ਕੋਈ ਸੈਂਸ ਹੀ ਨਹੀਂ ਬਣਦੀ ਮੈਂ ਕਿਸੇ ਨੂੰ ਡਿਸਰਿਸਪੈਕਟ ਕਰਾਂ ਹੈ ਨਾ, ਪਰ ਉਹੀ ਗੱਲ ਹੋ ਗਈ ਵੀ ਥੋੜ੍ਹੀ ਜਿਹੀ ਗੱਲ ਨੈਗੇਟਿਵ ਹੋ ਜਾਂਦੀ ਹੈ ਖਾਸ ਕਰਕੇ ਮੇਰੇ ਮੁੱਦੇ 'ਤੇ, ਪਰ ਮੈਂ ਫਿਰ ਵੀ ਇਹ ਨਹੀਂ ਕਹਿੰਦਾ ਵੀ ਮੇਰੀ ਕੋਈ ਗਲਤੀ ਨਹੀਂ ਜੀ। ਆਪਾਂ ਜੇ ਤੁਹਾਨੂੰ ਵੀ ਫਿਰ ਵੀ ਲੱਗਦਾ ਆਪਾਂ ਕਹਿੰਦੇ ਜੀ ਸਿਰ ਚੁਕਾ ਕੇ ਕਹਿੰਦੇ ਸਾਰਾ ਸਾਹਮਣੇ ਕਹਿ ਕੇ, ਕੋਈ ਇਤਰਾਜ਼ ਨਹੀਂ ਵੀਰੇ, ਮੈਨੂੰ ਬਹੁਤ ਵੱਡੀ ਗਲਤੀ ਹੋਈ ਹੈ ਜੀ, ਆਪਾਂ ਪੈਰਾਂ ਹੀ ਲਾ ਦਿਆਂਗੇ। ਦੂਜੀ ਗੱਲ ਭਾਈ, ਗਾਣਾ ਵੀ ਨਹੀਂ ਰਿਲੀਜ਼ ਹੋਇਆ ਸੀ, ਲੀਕ ਗਾਣਾ ਸੀ, ਮੈਂ ਗਾਣੇ ਬਾਰੇ ਵੀ ਨਹੀਂ ਸੀ ਬੋਲਣਾ ਚਾਹੁੰਦਾ ਕਿਉਂਕਿ ਅਗਲਾ ਕਹਿੰਦਾ ਵੀ ਸਾਡਾ ਡਰਾਮਾ ਕਰਦਾ ਵੀ ਰੋਜ਼ ਗਾਉਣਾ, ਐਂ ਕਿਵੇਂ ਲੀਕ ਹੋ ਜਾਂਦਾ, ਸਾਡੇ ਹੋ ਜਾਂਦੇ ਭਰਾ ਠੀਕ ਹੈ ਨਾ। ਅਤੇ
ਆ ਕਰਕੇ ਵੀਰੇ ਵੀ ਮੈਂ ਯਾਰ ਇਹ ਪਬਲਿਸਿਟੀ ਸਿਸਟਮ ਦੇ ਵਿੱਚ ਆਉਂਦਾ ਹੀ ਨਹੀਂ, ਹੈ ਨਾ, ਕਿਉਂਕਿ ਬਈ ਆਪਣਾ ਇਹ ਮੁੱਦਾ ਹੀ ਨਹੀਂ, ਹੈ ਨਾ। ਪਰਮਾਤਮਾ ਨੇ ਬਹੁਤ ਚੰਗੀ ਰੋਟੀ ਦਿੱਤੀ ਹੈ, ਬਹੁਤ ਚੰਗਾ ਮਿਹਨਤ ਨੂੰ ਫਲ ਲਾਇਆ, ਆਪਾਂ ਨੂੰ ਇਹੋ ਜਿਹੇ ਕੰਮ ਕਰਕੇ ਪਬਲਿਸਿਟੀ 'ਚ ਆਉਣ ਦੀ ਲੋੜ ਨਹੀਂ। ਦੂਜੀ ਗੱਲ ਵੀਰੇ, ਮੈਂ ਹੁਣੀ ਸੁੱਤਾ ਉੱਠਿਆ ਸੀਗਾ ਜੀ, ਹੈ ਨਾ, ਮੈਂ ਸਵੇਰੇ 5 ਵਜੇ ਵੀਰੇ ਕੰਮ ਧੰਦੇ ਤੋਂ ਆਇਆ ਸੀਗਾ, ਅਤੇ ਦੋ ਯਾਨੀ ਕਿ 2-2.5 ਘੰਟੇ ਸੁੱਤਾ, ਹੈ ਨਾ, ਅਤੇ ਮੈਨੂੰ ਮੇਰਾ ਬਾਪੂ ਉਠਾਉਣ ਲੱਗਿਆ, ਹੈ ਨਾ, ਵੀ ਚਲੋ ਸਿੱਧੂ ਉੱਠ ਖੜਾ, ਹੈ ਨਾ, ਵੀ ਚਲੋ ਆਏ ਗਏ ਆਏ ਸੀ, ਨਾ ਮੈਨੂੰ ਇਹਨਾਂ ਨੇ ਦੱਸੀ ਨਹੀਂ ਹੈਗੀ ਆਹ ਗੱਲ। ਮੈਨੂੰ ਜਦੋਂ ਕਿਸੇ ਦਾ ਫੋਨ ਆਇਆ ਵੀ ਯਾਰ ਤੂੰ ਐਂ ਕਰਤਾ ਐਂ ਕਰਤਾ, ਮੈਂ ਸੋਚ ਰਿਹਾ ਵੀ ਯਾਰ ਕੀ, ਵੀ ਮੈਂ ਤਾਂ ਕੁਛ ਕੀਤਾ ਨਹੀਂ ਉੱਦਾਂ, ਹੈ ਨਾ, ਨਹੀਂ ਮੇਰੀ ਇੱਦਾਂ ਨਹੀਂ ਮਤ ਹੈ। ਪਾਪਾ ਨੂੰ ਕਿਸੇ ਯਾਰ ਫੋਨ ਆਇਆ ਕਿਸੇ ਦਾ ਵੀ ਇੱਦਾਂ ਦਾ ਕਰਕੇ ਵੀ ਆਹ ਗੱਲ ਆਇਆ, ਤੁਹਾਡੇ ਮੁੰਡਾ ਤਾਂ ਕੰਜਰਖਾਨਾ ਕਰਦਾ, ਫਲਾਨਾ ਕਰਦਾ। ਦੇਖੋ ਜੀ ਮੇਰੀ ਗੱਲ ਸੁਣੋ, ਤੁਹਾਡੇ ਲਈ ਸਾਡਾ ਕੰਜਰਖਾਨਾ ਹੋ ਸਕਦਾ, ਮੈਂ ਵੀ ਚਲੋ ਹੈਗਾ ਤਾਂ ਤੁਹਾਡੇ ਸਾਰਿਆਂ ਦਾ ਜਵਾਕ ਹੀ ਹਾਂ, ਠੀਕ ਹੈ ਨਾ, ਹੈਗਾ ਤੁਹਾਡੇ ਸਾਰੇ, ਜੇ ਤੁਸੀਂ ਸਾਨੂੰ ਹਿੱਸਾ ਮੰਨਦੇ ਹੋ, ਪਰ ਜੇ ਸਾਨੂੰ ਹਿੱਸਾ ਮੰਨਦੀ ਵੀ ਨਹੀਂ ਉਹ ਤਾਂ ਗੱਲ ਹੀ ਮੁੱਕ ਗਈ। ਚਲੋ ਮੰਨਦੇ ਹਾਂ, ਸਾਡੇ ਕਿੱਤਾ ਹੋਰ ਹੈ, ਅਸੀਂ ਗਾਉਂਦੇ ਹਾਂ, ਸਾਡੇ 'ਚ ਵੀ ਅਣਖ, ਠੀਕ ਹੈ, ਸੰਸਕਾਰ ਨਾਮ ਦੀ ਚੀਜ਼ ਹੈਗੀ ਹੈ, ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਇੱਥੇ ਕੋਈ ਕੋਈ ਸਾਲਾ ਰੱਬ ਹਨਾ ਕੁੱਖੋਂ ਨਹੀਂ ਸਿੱਖ ਕੇ ਆਉਂਦਾ, ਹੈ ਨਾ, ਸਾਰਾ ਕੁਛ ਇੱਥੇ ਸਾਰੇ ਸਭ ਤੋਂ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ। ਜੇ ਕੋਈ ਕਿਸੇ ਤੋਂ ਗਲਤੀ ਹੋ ਗਈ ਉਹਨੂੰ ਅਹਿਸਾਸ ਕਰਵਾਉਣ ਦਾ ਬਹੁਤ ਵਧੀਆ ਤਰੀਕਾ ਹੁੰਦਾ ਵੀ ਵੀਰ ਤੂੰ ਇੱਥੇ ਗਲਤ ਹੈ, ਤੂੰ ਆਹ ਗਲਤ ਕੀਤਾ, ਉਹਦੇ ਖਿਲਾਫ਼ ਪੋਸਟਾਂ ਪਾ ਕੇ, ਹੈ ਨਾ, ਵੀ ਭਰਾ ਨਾ ਤਾਂ ਦੇਖ ਅੱਜ ਤੱਕ ਅਸੀਂ ਇਹ ਕਦੇ ਕੰਮ ਕੀਤਾ ਵੀਰੇ। ਚਲੋ ਠੀਕ ਹੈ, ਮੈਂ ਮੰਨਦਾ ਵੀ ਮੇਰੇ ਤੋਂ ਗਲਤੀ ਹੋ ਸਕਦੀ ਹੈ, ਮੈਂ ਬਹੁਤ ਆਪਾਂ ਕਹਿੰਦੇ ਵੀ ਜਮਾਂ ਸ਼ਰਮਿੰਦਾ ਜੀ, ਮੈਂ ਸੋਰੀ ਕਹਿੰਦਾ, ਪਰ ਮੇਰਾ ਕੋਈ ਮੋਟਿਵ, ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕਿਆ ਵੀ ਕੀ ਮੁੱਦਾ ਸੀਗਾ, ਹੈ ਨਾ, ਪਰ ਵੀ ਉੱਦਾਂ ਦੀ ਕੋਈ 0% ਗੱਲ ਸੀ ਨਾ, ਵੀ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਬਾਪੂ ਨੂੰ, ਕਹਿੰਦੇ ਅਸੀਂ ਜੀ ਫਲਾਨੇ ਕਮੇਟੀ ਤੋਂ ਬੋਲ ਰਹੇ ਹਾਂ ਜੀ, ਅਤੇ ਤੁਹਾਡਾ ਮੁੰਡਾ ਤਾਂ ਲਾਗੀ ਕੰਜਰਖਾਨੇ 'ਤੇ ਗਿਆ, ਇਹ ਫਲਾਨਾ ਧਮਕਾ, ਹੈ ਨਾ, ਇੱਕ ਉਹ ਹੈ ਨਾ ਕਿਸੇ ਆਰਟਿਸਟ ਨੂੰ ਕਹਿ ਰਿਹਾ ਉਹ ਕੰਜਰੀ ਵੀ ਤੁਸੀਂ ਮਾਈ ਭਾਗੋ ਨਾਲ ਰਲਾਤੀ। ਦੇਖੋ ਜੀ ਮੇਰੀ ਗੱਲ ਸੁਣੋ, ਮੈਂ ਮੰਨਦਾ ਸਾਡਾ ਕਿੱਤਾ ਗਾਉਣ ਵਾਲਾ, ਠੀਕ ਹੈ, ਮੇਰੇ ਨਾਲ ਜੋ ਆਰਟਿਸਟ ਹੈ ਉਹਦਾ ਐਕਟਿੰਗ ਕਰਨ ਦਾ ਕਿੱਤਾ, ਪਰ ਉਹਦਾ ਮਤਲਬ ਇਹ ਨਹੀਂ ਵੀ ਅਸੀਂ ਲੁੱਚੇ ਹਾਂ, ਠੀਕ ਹੈ ਨਾ, ਉਹਦਾ ਮਤਲਬ ਇਹ ਨਹੀਂ ਸਾਡਾ ਪਰਿਵਾਰ ਨਹੀਂ ਹੈਗਾ, ਉਹਦਾ ਮਤਲਬ ਇਹ ਨਹੀਂ ਅਸੀਂ ਸਿੱਖ ਧਰਮ ਨੂੰ ਨਹੀਂ ਮੰਨਦੇ ਜਾਂ ਅਸੀਂ ਇਸ ਦਾ ਹਿੱਸਾ ਨਹੀਂ ਹੈਗੇ। ਕਿੱਤੇ ਤੋਂ ਕਿਸੇ ਨੂੰ ਜੱਜ ਨਾ ਕਰਿਓ, ਕੱਪੜਿਆਂ ਤੋਂ ਕਿਸੇ ਨੂੰ ਜੱਜ ਨਹੀਂ ਕਰੀਦਾ, ਇਹ ਨਹੀਂ ਪਤਾ ਹੁੰਦਾ ਜੇ ਬੰਦੇ ਦਾ ਕਿੱਤਾ ਹੋਵੇ, ਇਹ ਹੋ ਸਕਦਾ ਵੀ ਮੰਨਦੇ ਹਾਂ ਉਹ ਉਸ ਬਾਣੇ 'ਚ ਨਾ ਹੋਵੇ, ਪਰ ਕੀ ਪਤਾ ਥੋੜ੍ਹੇ ਤੋਂ ਜ਼ਿਆਦਾ ਰਿਲੀਜੀਅਸ ਹੋਵੇ, ਹੈ ਨਾ, ਅਤੇ ਆਪਣਾ ਆਪਾਂ ਤਾਂ ਮੈਂ ਤਾਂ ਇਹ ਸ਼ੋਅ ਕਰਨੇ ਨਹੀਂ ਚਾਹੁੰਦਾ ਵੀ ਮੈਂ ਕਿੰਨਾ ਕਿਸੇ ਚੀਜ਼ ਨੂੰ ਮੰਨਦਾ ਕਿਸੇ ਨੂੰ ਨਹੀਂ ਮੰਨਦਾ, ਠੀਕ ਹੈ ਨਾ ਜੀ, ਪਰ ਇੱਕ ਗੱਲ ਕਹਿੰਦਾ ਵੀ ਮੇਰਾ ਵੀਰ ਮੰਨਦਿਆਂ ਸਾਡੇ ਤੋਂ ਗਲਤੀ ਹੋ ਸਕਦੀ ਹੈ, ਮੈਂ ਵੀ ਮੰਨਦਾ ਗਲਤੀ, ਪਰ ਹਮੇਸ਼ਾ ਪਹਿਲਾਂ ਆਪਣੀ ਸੋਚ ਸੋਚ ਕੇ ਦੇਖੋ ਮੇਰਾ ਵੀਰ, ਤੁਸੀਂ ਕਿਸੇ ਨੂੰ ਕੰਜਰ ਕਹਿੰਦੇ ਹੋ, ਕਿਸੇ ਨੂੰ ਕੰਜਰੀ ਕਹਿੰਦੇ ਹੋ, ਜਾਂ ਕਿਸੇ ਦੇ ਕਿੱਤੇ ਨੂੰ ਕਿਸੇ ਦੀ ਰੋਟੀ ਨੂੰ ਕੰਜਰਖਾਨਾ ਕਹਿੰਦੇ ਹੋ, ਤਾਂ ਵੀ ਤੁਸੀਂ ਦੇਖ ਲਓ ਕਿੰਨੇ ਕਿੱਥੇ ਕੁ ਸੋਚਦੇ ਹੋ ਨਾ, ਠੀਕ ਹੈ ਨਾ। ਮੈਂ ਤੁਹਾਨੂੰ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ, ਜਸਟ ਫੈਕਟ ਦਿੱਤੇ ਨੇ, ਹੋ ਸਕਦਾ ਵੀ ਮੈਂ ਗਲਤ ਵੀ ਹੋਵਾਂ ਇਹਦੇ 'ਤੇ, ਜੇ ਤੁਹਾਨੂੰ ਇਹਦੇ 'ਚ ਵੀ ਗਲਤੀ ਲੱਗੀ ਆ ਫਿਰ ਇਹ 'ਚ ਵੀ ਮਾਫ਼ੀ ਮੰਗਦੇ, ਕਿਉਂਕਿ ਬਈ ਬੈਸਣ ਬਸਾਉਣ ਵਾਲਾ ਆਪਣੇ ਕੋਲ ਕੰਮ ਨਹੀਂ ਹੈਗਾ, ਅਤੇ ਨਾ ਹੀ ਆਪਣੀ ਮੱਤ ਹੈ ਇਸ ਚੀਜ਼ ਦੇ ਵਿੱਚ।